ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਆਏ ਹਾਂ ਜੀ ਕਿਲ੍ਹਾ ਮੁਬਾਰਕ, ਸ਼ਹਿਰ ਬਠਿੰਡਾ ਦੇ ਵਿੱਚ ਪੈਂਦਾ ਹੈ ਕਿਲ੍ਹਾ ਮੁਬਾਰਕ ਸਾਹਿਬ ਗੁਰਦੁਆਰਾ। ਕਿਲ੍ਹੇ ਦੀਆਂ ਦੀਵਾਰਾਂ ਦੇਖੋ ਜਿੱਦਾਂ ਪੁਰਾਣੇ ਕਿਲ੍ਹੇ ਹੁੰਦੇ ਆ ਉਸ ਤਰ੍ਹਾਂ ਖੜੀਆਂ ਨੇ, ਦੇਖ ਕੇ ਰੂਹ ਖੁਸ਼ ਹੋ ਜਾਵੇਗੀ। ਇੱਕ ਵਾਰੀ ਇਹ ਕਿਲ੍ਹੇ ਦਾ ਮੇਨ ਗੇਟ ਹੈ, ਕਿਲ੍ਹੇ ਦੇ ਮੇਨ ਗੇਟ ਦੀ ਡਿਜ਼ਾਇਨ ਦੇਖੋ, ਪੁਰਾਣੇ ਸਮੇਂ ਦਾ ਹੀ ਡਿਜ਼ਾਇਨ ਆ, ਉਵੇਂ ਦਾ ਉਵੇਂ ਬਰਕਰਾਰ ਹੈ, ਕੁਛ ਵਿੱਚ ਮੋਡੀਫਾਈ ਵੀ ਕੀਤਾ ਹੋਇਆ, ਗੇਟ ਦੀ ਰਿਪੇਅਰ ਚੱਲ ਰਹੀ ਹੈ, ਰਿਪੇਅਰ ਕੀਤੀ ਹੋਈ ਹੈ। ਕਿਲ੍ਹੇ ਦੀ ਇੱਕ ਇੱਕ ਇੱਟ ਬੋਲਦੀ ਹੈ, ਇੱਕ ਇੱਕ ਇੱਟ ਆਪਣਾ ਇਤਿਹਾਸ ਦੱਸਦੀ ਹੈ। ਇਹ ਕਿਲ੍ਹੇ ਦਾ ਮੇਨ ਗੇਟ ਹੁੰਦਾ ਸੀ, ਜਿਹੜਾ ਪੁਰਾਣਾ ਗੇਟ ਹੁੰਦਾ ਸੀ, ਗੇਟ ਦਾ ਲੱਕੜ ਦਾ ਭਾਵੇਂ ਗੇਟ ਆ, ਬਾਹਰ ਦੇਖੋ ਗੇਟ ਦੇ ਸੂਏ ਲਗਾਏ ਹੋਏ ਸੀ ਤਾਂ ਜੋ ਕੋਈ ਵੀ ਹਮਲਾ ਕਰੇ, ਹਮਲਾ ਨਾ ਕਰ ਸਕੇ, ਕੋਈ ਜਾਨਵਰ ਜਿੱਦਾਂ ਬੜੇ ਹਾਥੀ ਹੁੰਦੇ ਸੀ ਉਹ ਮਾਰੇ ਤਾਂ ਉਹਦੇ ਸਿਰ ਦੇ ਵਿੱਚ ਵੱਜੇ। ਲੱਕੜ ਦੀ ਮੋਟਾਈ ਦੇਖੋ ਕਿੰਨੀ ਹੈ, ਅਤੇ ਡਿਜ਼ਾਇਨ ਦੇਖੋ ਇਹ ਗੇਟ ਦਾ ਕਿੰਨਾ ਵਧੀਆ ਡਿਜ਼ਾਇਨ ਬਣਾਇਆ ਹੋਇਆ, ਔਰ ਇਹ ਕਿੰਨੀ ਖੂਬਸੂਰਤੀ ਦਾ ਡਿਜ਼ਾਇਨ ਹੈ, ਔਰ ਸੂਏ ਲਗਾ ਕੇ ਕਿੰਨੀ ਪ੍ਰੋਟੈਕਸ਼ਨ ਦਿੱਤੀ ਹੋਈ ਹੈ। ਇਹਦੇ ਨੂੰ ਲੋਕ ਕਰਨ ਵਾਸਤੇ ਸਿੰਗਲ ਦੇਖੋ, ਐਡੇ ਮੋਟੇ ਸਿੰਗਲ ਲੱਗੇ ਹੋਏ ਸੀ, ਕਿੰਨੇ ਪੱਕੇ ਸਿੰਗਲ ਹੁੰਦੇ ਸੀ, ਔਰ ਲੱਕੜ ਦੇਖੋ ਕਿੰਨੀ। ਕਿਲ੍ਹੇ ਦੇ ਐਂਟਰ ਹੁੰਦੇ ਸਾਰੇ ਛੱਤ ਦੇ ਵਿੱਚ ਕੀਤੀ ਹੋਈ ਡਿਜ਼ਾਇਨ, ਜਿਹੜੇ ਅਰਚਾਂ ਬਣਾਈਆਂ ਹੋਈਆਂ ਡਿਜ਼ਾਇਨ ਬਣਾਏ ਹੋਏ ਪੁਰਾਣੇ ਸਮੇਂ ਤੋਂ ਉਵੇਂ ਬਰਕਰਾਰ ਹੈ, ਕਿੰਨੀ ਸੋਹਣੀ ਖੂਬਸੂਰਤੀ। ਔਰ ਉਸ ਟਾਈਮ ਕੋਈ ਮਸ਼ੀਨਰੀ ਨਹੀਂ ਸੀ, ਕੋਈ ਟੈਕਨੋਲੋਜੀ ਨਹੀਂ ਸੀ, ਹੱਥ ਨਾਲ ਸਾਰਾ ਕੁਛ ਹੁੰਦਾ ਸੀ, ਤਾਂ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਡਿਜ਼ਾਇਨ ਬਣਾਏ ਹੋਏ ਆ। ਬਾਕੀ ਤਾਂ ਬਾਅਦ ਵਿੱਚ ਇਹਦਾ ਰਿਪੇਅਰ ਕਰਕੇ ਜਾ ਕੇ ਉਹ ਮੋਡੀਫਾਈ ਕਰ ਦਿੱਤੇ ਹੋਏ ਗੇਟ। ਅਤੇ ਐਂਟਰੀ ਗੇਟ ਦੇਖੋ, ਇਹ ਹੁਣ ਤਾਂ ਹੋਰ ਛੋਟਾ ਕਰ ਦਿੱਤਾ, ਥੋੜ੍ਹਾ ਬੜਾ ਹੁੰਦਾ ਸੀਗਾ ਔਰ ਲੰਬਾ ਹੁੰਦਾ ਸੀ। ਇਹ ਦੇਖੋ ਪੁਰਾਣੀਆਂ ਇੱਟਾਂ ਲੱਗੀਆਂ ਹੋਈਆਂ, ਪੁਰਾਣੀ ਚੂਨੇ ਦੀ ਚਣਾਈ ਹੋਈ ਹੈ, ਅਤੇ ਇਹ ਸਾਰੀ ਚਣਾਈ ਚੂਨੇ ਦੀ ਹੈ, ਛੋਟੀ ਛੋਟੀਆਂ ਇੱਟਾਂ ਨੇ, ਅਤੇ ਪਤਲੀ ਇੱਟ ਜਿਹੜੀ ਪੁਰਾਣੇ ਕਿਲ੍ਹਿਆਂ ਨੂੰ ਪੁਰਾਣੇ ਸਮੇਂ ਦੇ ਵਿੱਚ ਲੱਗਦੀ ਹੁੰਦੀ ਸੀ, ਹੁਣ ਤਾਂ ਮੋਟੀਆਂ ਇੱਟਾਂ ਲੱਗਣ ਲੱਗੀਆਂ ਨੇ। ਇਹ ਸਾਰੀ ਚੂਨੇ ਦਾ ਪਲਸਤਰ ਹੋ ਰੱਖਿਆ ਹੈ, ਚੂਨੇ ਦੀ ਪਲਸਤਰ ਹੈ ਸਾਰਾ ਹੀ ਹੈ। ਇਹ ਚੂਨੇ ਦੀ ਚਣਾਈ ਹੈ, ਛੋਟੀ ਛੋਟੀਆਂ ਖਿੜਕੀਆਂ ਹੁੰਦੇ ਸੀਗੇ, ਦੇਖ ਛੋਟਾ ਜਿਹਾ ਦਰਵਾਜ਼ਾ ਅੰਦਰ ਐਂਟਰ ਹੋਣ ਵਾਸਤੇ, ਅਤੇ ਉੱਪਰ ਦੇ ਕਿਲ੍ਹਿਆ ਇਹ ਸਾਰਾ ਹੀ, ਉੱਪਰ ਤਾਂ ਪ੍ਰਸ਼ਾਸਨ ਜਾਣ ਨਹੀਂ ਦਿੰਦਾ, ਥੱਲੇ ਵੀ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ। ਦੇਖੋ ਪੂਰਾ ਜਿੰਨਾ ਵੀ ਹੈ ਇਹ ਚਣਾਈ ਸਾਰੀ ਚੂਨੇ ਦੀ ਹੋਈ, ਪਰ ਕਿੰਨੀਆਂ ਕਿੰਨੀਆਂ ਉੱਚੀਆਂ ਕੰਧਾਂ ਹੁੰਦੀਆਂ ਸੀਗੀਆਂ ਤਾਂ ਉਹ ਆਸਾਨੀ ਨਾਲ ਕੋਈ ਕਿਲ੍ਹੇ ਦੇ ਅੰਦਰ ਐਂਟਰ ਨਾ ਹੋ ਸਕੇ। ਇਹ ਘੱਟੋ ਘੱਟ ਨਹੀਂ ਤਾਂ ਇਹ 40-40 ਫੁੱਟ ਉੱਚੀਆਂ ਦੀਵਾਰਾਂ ਨੇ। ਇਹ ਇਸ ਜਗ੍ਹਾ 'ਤੇ ਦੋ ਗੁਰਦੁਆਰੇ ਨੇ, ਗੁਰਦੁਆਰਾ ਕਿਲ੍ਹਾ ਮੁਬਾਰਕ। ਕਿਲ੍ਹਾ ਮੁਬਾਰਕ ਇਸੇ ਕਰਕੇ ਰੱਖਿਆ ਹੋਇਆ ਇਹ ਕਿ ਇਹ ਕਿਲ੍ਹੇ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ। ਇਹ ਵੀ ਇੱਕ ਇਤਿਹਾਸਿਕ ਹੈ, ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਸੀਗੇ। ਇਹ ਹੈ ਗੁਰਦੁਆਰਾ ਕਿਲ੍ਹਾ ਮੁਬਾਰਕ, ਦਸਵੀਂ ਪਾਤਸ਼ਾਹੀ ਬਠਿੰਡਾ। ਇਹ ਗੁਰਦੁਆਰਾ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਨੂੰ ਸੁਸ਼ੋਭਿਤ ਹੈ, ਉਹਨਾਂ ਦੇ ਇੱਥੇ ਚਰਨ ਪਏ ਸੀਗੇ, ਜਿਸ ਕਰਕੇ ਇੱਥੇ ਗੁਰਦੁਆਰਾ ਬਿਰਾਜਮਾਨ ਹੈ। ਸ਼ਹਿਰ ਦੇ ਬਹੁਤ ਲੋਕ ਹੈ ਜਿਹੜੇ ਇੱਥੇ ਮੱਥਾ ਟੇਕਣ ਆਉਂਦੇ ਹੈ, ਅਤੇ ਰੌਣਕ ਲੱਗੀ ਰਹਿੰਦੀ ਹੈ। ਇਹ ਕਿਲ੍ਹਾ ਦੇਖੋ ਕਈ ਏਕੜ ਦੇ ਵਿੱਚ ਫੈਲਿਆ ਹੋਇਆ, ਉੱਚੀਆਂ ਉੱਚੀਆਂ ਦੀਵਾਰਾਂ ਦੇਖਣ ਨੂੰ ਮਿਲਦੀਆਂ ਨੇ। ਇਹ ਸਾਰਾ ਜਿਹੜਾ ਇਹ ਐਂਟਰੀ ਗੇਟ ਦੇ ਉੱਪਰ ਕਮਰੇ ਸੀਗੇ, ਪਰ ਇੱਥੇ ਹੁਣ ਪ੍ਰਸ਼ਾਸਨ ਜਾਣ ਨਹੀਂ ਦਿੰਦਾ ਅੰਦਰ, ਅਤੇ ਉਹ ਉੱਪਰ ਤੁਸੀਂ ਦੇਖਦੇ ਹੋਣੇ ਆ ਸੱਜੇ ਪਾਸੇ ਉੱਪਰਲੇ ਪਾਸੇ ਪੁਰਾਣੀਆਂ ਦੀਵਾਰਾਂ ਨੇ। ਇਹ ਕਮਰੇ ਨੇ, ਕਮਰੇ ਦੀਆਂ ਖਿੜਕੀਆਂ ਨੇ, ਇਹ ਜਿੱਥੋਂ ਬਹਿੰਦੇ ਸੀਗੇ ਪੁਰਾਣੇ ਮਹਾਰਾਜੇ। ਅਤੇ ਇਹ ਉੱਪਰ ਵਾਲਾ ਦ੍ਰਿਸ਼ ਜਿਹੜਾ ਉਹ ਥੋੜ੍ਹਾ ਜਿਹਾ ਟੁੱਟਿਆ ਦਿਖਦਾ ਹੈ, ਉਹ ਪੁਰਾਣੀਆਂ ਕੰਧਾਂ ਨੇ, ਬਾਕੀ ਤਾਂ ਚਾਹੇ ਰਿਪੇਅਰ ਹੋ ਚੁੱਕੀਆਂ ਨੇ, ਲੇਕਿਨ ਉਵੇਂ ਦੀ ਉਵੇਂ ਬਰਕਰਾਰ ਰੱਖੀਆਂ ਹੋਈਆਂ ਨੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਹੁੰਦੀਆਂ ਸੀਗੀਆਂ। ਉਹ ਪੁਰਾਣਾ ਗੇਟ ਹੈ ਜਿਹੜਾ ਬਾਹਰ ਨੂੰ ਜਾਣ ਵਾਸਤੇ ਗੇਟ ਹੁੰਦਾ ਸੀਗਾ, ਜਾਂ ਉੱਪਰ ਜਾਣ ਵਾਸਤੇ ਗੇਟ ਹੁੰਦਾ ਸੀਗਾ। ਇਹ ਸਾਰੀਆਂ ਪਿੱਛੇ ਦੀਵਾਰਾਂ ਉੱਚੀਆਂ ਉੱਚੀਆਂ ਨੇ। ਇਹ ਕਿਲ੍ਹਿਆਂ ਦੀ ਮਜ਼ਬੂਤੀ ਵੈਸੇ ਇਹਨਾਂ ਦੀਵਾਰਾਂ ਦੇ ਵਿੱਚ ਹੀ ਹੁੰਦੀ ਸੀਗੀ, ਉੱਚੀਆਂ ਦੀਵਾਰਾਂ ਹੁੰਦੀਆਂ ਸੀਗੀਆਂ ਤਾਂ ਜੋ ਕੋਈ ਅੰਦਰ ਨਾ ਐਂਟਰ ਹੋਣ ਸਕੇ। ਅੰਦਰ ਐਂਟਰ ਹੋਣ ਵਾਸਤੇ ਇੱਕੋ ਹੀ ਦਰਵਾਜ਼ਾ ਹੁੰਦਾ ਸੀਗਾ, ਉਹ ਵੀ ਤੁਸੀਂ ਦੇਖਿਆ ਕਿੰਨੀ ਪ੍ਰੋਟੈਕਸ਼ਨ ਹੁੰਦੀ ਸੀ, ਸੂਏ ਲਗਾਏ ਹੋਏ ਸੀਗੇ ਕਿ ਕੋਈ ਭਾਰੀ ਜਿੱਦਾਂ ਹਾਥੀ ਵਗੈਰਾ ਜਾਂ ਕੋਈ ਹੋਰ ਜਾਨਵਰ ਦੇ ਨਾਲ ਸਿਰ ਮਾਰ ਕੇ ਜਿੱਦਾਂ ਤੋੜ ਦਿੰਦੇ ਸੀਗੇ ਦਰਵਾਜ਼ੇ, ਉਹ ਤੋੜਨਾ ਪੈਣਗੇ, ਕਿਉਂਕਿ ਹਾਥੀ ਉਹਦੇ ਵਿੱਚ ਟੱਕਰ ਮਾਰੇਗਾ ਤਾਂ ਸੂਆ ਉਹਦੇ ਸਿਰ 'ਚ ਲੱਗੇਗਾ ਅਤੇ ਹਾਥੀ ਮਰ ਜਾਏਗਾ, ਇਸ ਕਰਕੇ ਉਹ ਸੂਏ ਲਗਾਏ ਹੋਏ ਸੀਗੇ ਪ੍ਰੋਟੈਕਸ਼ਨ ਵਾਸਤੇ।
ਕਿਲ੍ਹਾ ਮੁਬਾਰਕ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਵਿੱਚ ਬਣਿਆ ਕਿਲ੍ਹਾ ਹੈ। ਇਹ ਕਿਲ੍ਹਾ ਲਗਭਗ 1800 ਸਾਲ ਪੁਰਾਣਾ ਹੈ। ਇਸ ਕਿਲ੍ਹੇ ਨੂੰ ਰਾਜਾ ਬਿਨੇਪਾਲ ਨੇ ਬਣਵਾਇਆ ਸੀ। ਇਸ ਦਾ ਨਾਮ ਉਸਨੇ ਰੱਖਿਆ ਸੀ ਬਿਕਰਮਗੜ੍ਹ ਕਿਲ੍ਹਾ। ਪਿੱਛੋਂ ਇਹ ਕਿਲ੍ਹਾ ਆ ਜਾਂਦਾ ਹੈ ਜੈਪਾਲ ਦੇ ਕੋਲ। ਜੈਪਾਲ ਨੇ ਫਿਰ ਨਾਂ ਰੱਖਿਆ ਆਪਣੇ ਨਾਂ 'ਤੇ ਜੈਪਾਲਗੜ੍ਹ। ਉਸ ਤੋਂ ਬਾਅਦ ਇਹ ਕਿਲ੍ਹਾ ਪੱਟੀ ਰਾਜਪੂਤਾਂ ਦੇ ਕੋਲ ਆ ਜਾਂਦਾ ਹੈ ਅਤੇ ਰਾਜਪੂਤਾਂ ਨੇ ਇਹ ਕਿਲ੍ਹਾ ਨਵੇਂ ਸਿਰੋਂ ਬਣਵਾਇਆ ਅਤੇ ਕਿਲ੍ਹੇ ਦਾ ਨਾਮ ਰੱਖਿਆ ਪੱਟੀ ਬਿੰਡਾ। ਪੱਟੀ ਬਿੰਡਾ ਸ਼ਹਿਰ ਦਾ ਪਹਿਲਾ ਨਾਂ ਸੀ ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਸ ਸ਼ਹਿਰ ਦਾ ਨਾਂ ਪੈ ਗਿਆ ਬਠਿੰਡਾ। ਜਦੋਂ 1707 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਇਸ ਕਿਲ੍ਹੇ ਦੇ ਵਿੱਚ ਆਏ ਸੀ ਤਾਂ ਕਈ ਲੋਕਾਂ ਦੇ ਉਹਨਾਂ ਨੇ ਦੁੱਖ ਨਿਵਾਰਨ ਕੀਤੇ ਸੀ ਕਿ ਇੱਥੋਂ ਦੇ ਲੋਕ ਬਹੁਤ ਪਰੇਸ਼ਾਨ ਸਨ ਅਤੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਇਹ ਚਰਨ ਛੋਹ ਪ੍ਰਾਪਤ ਜਗ੍ਹਾ ਹੋਣ ਕਰਕੇ ਇਸ ਕਿਲ੍ਹੇ ਦਾ ਨਾਂ ਰੱਖਿਆ ਗਿਆ ਗੋਬਿੰਦਗੜ੍ਹ। ਪਰ ਮੌਜੂਦਾ ਸਮੇਂ ਦੇ ਵਿੱਚ ਇਸ ਕਿਲ੍ਹੇ ਨੂੰ ਮੁਬਾਰਕ ਕਿਲ੍ਹਾ ਆਖਿਆ ਜਾਂਦਾ ਹੈ। ਸੈਰ ਸਪਾਟਾ ਵਿਭਾਗ ਪੰਜਾਬ ਵੱਲੋਂ ਹੁਣ ਇਸ ਕਿਲ੍ਹੇ ਦਾ ਨਾਮ ਬਦਲ ਕੇ ਰਜ਼ੀਆ ਕਿਲ੍ਹਾ ਰੱਖ ਦਿੱਤਾ ਗਿਆ। ਇਸ ਕਿਲ੍ਹੇ ਦੇ ਅੰਦਰ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵੀ ਸਥਾਪਿਤ ਹੈ।